ਅਸਲਾਮ ਅਲੈਕੁਮ ਆਪਣਾ ਪਾਕਿਸਤਾਨ ਯੂਟਿਊਬ ਚੈਨਲ 'ਚ ਖੁਸ਼ ਆਮਦੀਦ ਦੋਸਤੋ। ਮੈਂ ਇਸ ਵੇਲੇ ਮੌਜੂਦ ਹਾਂ ਜੀ ਲਾਹੌਰ ਭਾਈ ਰਿਆਜ਼ ਜੱਟ ਦੇ ਸ਼ੋਰੂਮ 'ਤੇ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਜੀ ਇਹ ਟਰੈਕਟਰ ਤੁਹਾਨੂੰ ਪਹਿਲੇ ਵੀ ਦਿਖਾਏ ਸਨ, ATS ਦੇ ਜਿਹੜੇ ਤਿਆਰ ਹੋ ਕੇ ਜਾ ਰਹੇ ਹੈ। ਅਤੇ ਮਾਸ਼ਾਅੱਲਾ ਜੀ ATS ਮਾਰਕੀਟ ਦੇ ਵਿੱਚ ਛਾਇਆ ਪਿਆ, ਗਾਹਕ ਕੋਈ ਨਹੀਂ, ਲੇਕਿਨ ATS ਟਰੈਕਟਰ ਸੇਲ ਹੋ ਰਿਹਾ। ਤਿੰਨ ਟਰੈਕਟਰ ਜਿਹੜੇ ਡਿਲੀਵਰ ਹੋਣ ਲੱਗੇ ਹੈ, ਔਰ ਜਿਸ ਤਰ੍ਹਾਂ ਕਿ ਦੋ ਟਰੈਕਟਰ ਤਿਆਰ ਹੋਏ ਆ, ਨੀਲੇ ਨਾਲ ਨੀਲੀ ਅਤੇ ਰੈੱਡ ਦੇ ਨਾਲ ਰੈੱਡ ਛੱਤ ਲੱਗ ਗਈ ਹੈ। ਸਾਡੇ ਨਾਲ ਜੀ ਅਬਦੁਰਮਾਨ ਰੰਧਾਵਾ ਸਾਹਿਬ ਹੈ ਜੀ, ਸ਼ਾਹਕੋਟ ਤੋਂ ਆਏ ਹੈ। ਇੱਕ ਟਰੈਕਟਰ ਇਹਨਾਂ ਦੇ ਪਿੰਡ ਜਾ ਰਿਹਾ ਔਰ ਦੂਸਰਾ ਟਰੈਕਟਰ ਨਨਕਾਣਾ ਸਾਹਿਬ ਜਾ ਰਿਹਾ, ਤੀਸਰਾ ਸੈਯਦ ਵਾਲੇ ਜਾ ਰਿਹਾ। ਰੰਧਾਵਾ ਸਾਹਿਬ ਨੂੰ ਪੁੱਛਦੇ ਹਾਂ ਔਰ ਇਹਨਾਂ ਨੂੰ ਇਹਨਾਂ ਦੇ ਟਰੈਕਟਰ ਦੇ ਬਾਰੇ ਗੱਲ ਕਰਦੇ ਹਾਂ। ਅਸਲਾਮ ਅਲੈਕਮ ਜੀ। ਵਾਲੇਕਮ ਸਲਾਮ ਜੀ। ਰੰਧਾਵਾ ਸਾਹਿਬ ਕੀ ਹਾਲ ਚਾਲ ਹੈ ਜੀ? ਠੀਕ ਠਾਕ ਭਾਈ ਬਲਾ, ਸ਼ੁਕਰ ਅੱਲਾਹ ਪਾਕ ਦਾ, ਤੁਸੀਂ ਸੁਣਾਓ। ATS ਟਰੈਕਟਰ ਤੁਸੀਂ ਪਸੰਦ ਕਿਵੇਂ ਕੀਤਾ ਜੀ, ਕੀ ਵਜ੍ਹਾ ਜੀ? ਇਹ ਜੀ ਲੰਬੜਦਾਰ ਸਾਹਿਬ ਹੋਣਾ ਨੇ 2 ਮਹੀਨੇ ਤੋਂ ਮੇਰੀ ਡਿਊਟੀ ਲਾਈ ਸੀ। ਅੱਛਾ ਜੀ। ਵੀ ਤੁਸੀਂ ਬਾਹਰ ਅੰਦਰ ਜਾਂਦੇ ਜੇ ਵੀਡੀਓ ਸ਼ੀਡੀਓ ਟਰੈਕਟਰਾਂ ਦੀ ਬਣਾਉਂਦੇ ਜੇ, ਤੇ ATS ਦੇ ਉੱਤੇ ਸਰਚ ਕਰੋ ਵੀ ਇਹ ਟਰੈਕਟਰ ਕੈਸਾ ਵਾ, ਸਾਨੂੰ ਇਹ ਟਰੈਕਟਰ ਬਹੁਤ ਚੰਗਾ ਲੱਗਦਾ ਵਾ ਤੇ ਅਸੀਂ ਇਹ ਟਰੈਕਟਰ ਲੈਣਾ ਵਾ। ਠੀਕ ਹੈ ਜੀ। ਇਹਦੇ ਤੇ ਸਰਚ ਕਰੋ, ਜਿਹੜੇ ਬੰਦਿਆਂ ਨੇ ਲਏ ਆ ਉਹਨਾਂ ਨਾਲ, ਉਹਨਾਂ ਦੇ ਤੁਹਾਡੇ ਕੋਲ ਰਾਬਤੇ ਵੀ ਅਕਸਰ ਹੁੰਦੇ ਆ, ਅਸੀਂ ਉਹਨਾਂ ਨਾਲ ਰਾਬਤੇ ਕਰਕੇ ਤੇ ਇਹਦੇ ਬਾਰੇ ਥੋੜ੍ਹੀ ਜਿਹੀ ਸਰਚ ਕਰਕੇ ਦੱਸੋ। ਠੀਕ ਹੈ। ਫਿਰ ਇਹ ਜਿਹੜੇ ਬੰਦਿਆਂ ATS ਟਰੈਕਟਰ ਲਿਆ ਵਾ, ਤਕਰੀਬਨ ਕਹਿ ਲਓ 40-50% ਬੰਦਿਆਂ ਨਾਲ ਰਾਬਤੇ ਕੀਤੇ, ਬੰਦਿਆਂ ਦੇ ਕੋਲ ਜਾ ਕੇ ਪੁੱਛਿਆ ਵੀ ਤੁਹਾਨੂੰ ਇਹ ਤੋਂ ਕੋਈ ਮਸਲਾ, ਕੋਈ ਦੁੱਖ, ਕੋਈ ਤਕਲੀਫ ਕਿ ਹੈ ਕਿ ਨਹੀਂ ਹੈ, ਆਇਆ ਕਿ ਅਸੀਂ ਵੀ ਇਹ ਟਰੈਕਟਰ ਲਈਏ ਜਾਂ ਨਾ ਲਈਏ, ਸਾਨੂੰ ਕੋਈ ਮਸ਼ਵਰਾ ਦਵੋ। ਅਤੇ ਤਕਰੀਬਨ ਕਹਿ ਲਓ ਵੀ ਤੁਸੀਂ ਕੋਈ 2-4 ਬੰਦੇ ਹੈ ਵਾ ਜਿਨ੍ਹਾਂ ਨੇ ਕਿਹਾ ਵੀ ਨਾ ਲਓ, ਬਾਕੀ ਤਕਰੀਬਨ ਹਰ ਬੰਦੇ ਨੇ ਕਿਹਾ ਬਹੁਤ ਅੱਛਾ ਟਰੈਕਟਰ ਆ, ਤੁਸੀਂ ਇਹ ਲਵੋ। ਫਿਰ ਅਸੀਂ ਇਹ ਟਰੈਕਟਰ ਦਾ ਮਸ਼ਵਰਾ ਲੰਬੜਦਾਰ ਸਾਹਿਬ ਨੂੰ ਦਿੱਤਾ ਵੀ ਤੁਸੀਂ ATS ਟਰੈਕਟਰ ਲਓ, ਕੋਈ ਨਹੀਂ ਮਸਲਾ। ਅੱਛਾ, ਇਹਦੇ 'ਚ ਅੱਛਾ ਕੀ ਹੈ? ਅੱਛਾ ਜੀ, ਇਹਦਾ ਸਪੇਅਰ ਪਾਰਟ ਬਹੁਤ ਅੱਛਾ ਵਾ। ATS ਦਾ ਸਪੇਅਰ ਪਾਰਟ ਦਾ ਇੱਕ ਨਾਮ ਆ, ਜਿਵੇਂ ਕਿ ਪਹਿਲੇ ਵਕਤ ਦੇ ਵਿੱਚ ਗਲੈਜ਼ੀਅਨ ਦਾ ਹੁੰਦਾ ਸੀ, ਹੁਣ ਗਲੈਜ਼ੀਅਨ ਦਾ ਤਕਰੀਬਨ ਨਾਂ ਘੱਟ ਗਿਆ ਵਾ। ਤਕਰੀਬਨ ਜਿਹੜੇ 100 ਦੇ ਵਿੱਚੋਂ 90% ਬੰਦੇ ਜਦੋਂ ਇੰਜਣ ਵਗੈਰਾ ਕਰਵਾਉਂਦੇ ਆ, ਰਿੰਗ ਪਿਸਟਮ ਸਲੀਪ ਜਿਹੜੇ ਨੇ, ਉਹ ਤਕਰੀਬਨ ATS ਦੇ ਹੀ ਇਸਤੇਮਾਲ ਕਰਦੇ ਆ। ਇਹਦਾ ਜਿਹੜਾ ਸਪੇਅਰ ਪਾਰਟ ਆ ਬਹੁਤ ਅੱਛਾ ਵਾ, ਪੇਂਟ ਕੁਆਲਿਟੀ ਬਹੁਤ ਅੱਛੀ ਆ। ਇਸ ਤੋਂ ਹਟ ਕੇ ਜਿਹੜੇ ਸਾਡੇ ਜ਼ਿਮੀਦਾਰ ਆ ਨਾ, ਉਹ ਕਹਿੰਦੇ ਆ ਕਿ ਟਰੈਕਟਰ ਡੀਜ਼ਲ ਘੱਟ ਖਾਵੇ, ਬਲੋ ਨਾ ਮਾਰੇ, ਧੂੰਆਂ ਨਾ ਮਾਰੇ ਤੇ ਪਾਵਰ ਪੂਰੀ ਕਰੇ। ਇਹਦੇ ਵਿੱਚ ਇਸ ਟਰੈਕਟਰ ਨੂੰ ਇਹ ਚੀਜ਼ਾਂ ਪੂਰੀਆਂ ਨੇ? ਇਹ ਮੇਰੇ ਹਿਸਾਬ ਨਾਲ ਦੇਖੋ ਜੀ ਭਾਈ ਬਲਾਲ, ਪੂਰੀਆਂ ਨੇ, ਬਾਕੀ ਮਜ਼ੀਦ ਇਹ ਚੱਲਾ ਵਾ ਸਾਡੇ ਕੋਲ, ਅਸੀਂ ਇਹਨੂੰ ਚਲਾਵਾਂਗੇ ਔਰ ਚਲਾਉਣ ਵਾਂਗ ਚਲਾਵਾਂਗੇ। ਹੁਣ ਨਾ ਸਾਡੇ ਕੋਲ 3 ਟਰੈਕਟਰ ਮੌਜੂਦ ਨੇ। ਹਾਂਜੀ, 290 ਵੀ ਇੱਕ ਭਾਈ ਨੇ ਆਪਣੇ, ਉਹਨਾਂ ਦੇ ਕੋਲ ਜਿਹੜਾ ਵਾ ਡੀਲੈਕਸ 85 ਵੀ, ਜਿਹੜਾ ਆਪਣਾ ਭਤੀਜਾ ਪਿਛਲੇ ਦਿਨਾਂ 'ਚ ਮੈਨੂੰ 85 ਲੈ ਕੇ ਦਿੱਤਾ। ਹਾਂਜੀ, ਯਾਨੀ ਕਿ 3 ਟਰੈਕਟਰ ਸਾਡੇ ਕੋਲ ਵਾ, ਅਤੇ ਕਹਿ ਲਓ ਬਾਅਦ ਜੇ ਕਣਕ ਦੀ ਤਿਆਰੀ ਹੋਵੇਗੀ ਨਾ, ਹਾਂਜੀ, ਇੱਕੋ ਜਿਹਾ ਤਿੰਨਾਂ ਦੇ ਮਗਰ ਰੂਟਾ ਵਾਟਰ ਪਾ ਕੇ ਅਤੇ ਕੁੱਪੀ ਦਾ ਉਹਦੀ ਵਾਹ ਗਿਆ ਬਈ, ਕੱਢ ਲਾਂਗੇ। ਠੀਕ ਹੈ ਜੀ, ਮੈਦਾਨ ਦੇ ਛੱਜ ਸਾਹਮਣੇ ਆ ਜੀ। ਬਾਕੀ ਜੀ, ਇਹ ਤੁਸੀਂ ਇਹਦੀ ਆਵਾਜ਼ ਸਟਾਰਟ ਕਰਕੇ ਚੈੱਕ ਕੀਤਾ ਟਰੈਕਟਰ ਦਾ, ਕਿਆ ਤਿਆਰ? ਮਾਸ਼ਾਅੱਲਾ ਇੰਜ ਕਰਵਾ ਲਿਆ, ਕੋਈ ਸ਼ਾਇਦ ਛੱਡੀ ਨਹੀਂ ਗਈ ਭਾਈ? ਆਉਂਦੇ ਸੀ ਕਿ ਚਲੋ ਜੀ, ਤਾਵਨ ਕਿਸ ਤਰ੍ਹਾਂ ਦਾ ਭਾਈ ਰਿਆਜ਼ ਨੇ ਕੀਤਾ? ਜਬਰਦਸਤ ਕਦੀ ਭਾਈ, ਅੱਜ ਤੱਕ ਨਹੀਂ ਹੋਇਆ ਵੀ ਕੰਪਨੀ ਵਾਲੇ ਅਗਲੇ ਦੇ ਘਰ ਗਏ ਹੋਣ। ਸਹੀ। ਤੇ ਭਾਈ ਰਿਆਜ਼ ਸਾਡੇ ਕੋਲ ਗਿਆ 2 ਵਾਰ। ਹਾਂਜੀ। ਔਰ ਉੱਥੋਂ ਡਰਾਫਟ ਤੇ ਲੈ ਕੇ ਆਏ ਆ। ਸਹੀ। ਲਿਆ ਕੇ ਅਗਲੇ ਦਿਨ ਇਹਨਾਂ ਨੇ ਬੁੱਕ ਕਰਵਾਇਆ ਕੰਪਨੀ 'ਚ, ਔਰ ਠੀਕ 5 ਦਿਨ ਬਾਅਦ ਸਾਨੂੰ ਟਰੈਕਟਰ ਚੱਲ ਗਿਆ। ਠੀਕ ਹੋ ਗਿਆ ਜੀ। ਮੰਗਲਾ ਜੀ ਦਾ ਟਰੈਕਟਰ ਬੁੱਕ ਹੋਇਆ ਜੀ। ਹਾਂਜੀ, ਇਹਦਾ ਮੰਗਲ ਗਿਆ ਵਾ। ਸਹੀ। ਤੇ ਤੁਸੀਂ ਅੱਜ ਹਿਸਾਬ ਲਾ ਲਓ ਵੀ ਦਿਨ ਕਿੰਨੇ ਹੋਏ ਆ। ਠੀਕ ਹੈ ਜੀ। ਤੇ ਹਾਲਾਤ ਦੇ ਬਣੇ ਆ ਭਾਈ, ਕੋਈ ਕੰਪਨੀ ਟਰੈਕਟਰ ਨਹੀਂ ਦੇ ਰਹੀ, ਤੁਹਾਨੂੰ ਪਤਾ ਇਸ ਗੱਲ ਦਾ। ਹਾਂਜੀ। ਵੀ ਟਰੈਕਟਰ ਮਹਿੰਗੇ ਹੋ ਜਾਣੇ। ਔਰ ਭਾਈ ਰਿਆਜ਼ ਜਿਹੜਾ ਕੱਲ੍ਹ ਮੈਨੂੰ ਫੋਨ ਕੀਤਾ, ਭਾਈ ਜੀ ਨੇ ਟਰੈਕਟਰ ਆ ਗਏ ਆ, ਆਪਣਾ ਕਿ ਟਰੈਕਟਰ ਲੈ ਜਾਓ, ਉਹਦਾ ਪਰਨਾ ਚੱਲਾ ਵਾ, ਉਹ ਵੀ ਸਾਡਾ ਗੁਆਂਢੀ ਪਿੰਡ ਆ, ਉਹ ਵੀ ਆਪਣੇ ਤਲਕ ਵਾਲੇ ਬੰਦੇ ਜਿਹਨਾਂ ਲਿਆ ਵਾ। ਹਾਂਜੀ। ਤੇ ਉਹ ਸਾਡੇ ਨਾਲ ਕਹਿ ਲਓ ਵੀ ਉਹਨਾਂ ਨੂੰ ਵੀ ਟਰੈਕਟਰ ਜਲਦੀ ਮਿਲ ਗਿਆ। ਰੰਧਾਵਾ ਸਾਹਿਬ, ਤੁਹਾਨੂੰ ਪਤਾ ਕਿ ਸੀਜ਼ਨ ਤੇ
ATS ਤੇ ਮੁਸ਼ਕਲ ਵਕਤ ਆਇਆ ਜਦੋਂ ਚਾਪਰ ਦੇ ਟਰੈਕਟਰ ਚੱਲੇ ਸੀ, ਉੱਥੇ ਕੰਪਨੀ ਨੇ ਕਿਵੇਂ ਭਜਨਾਸ ਕੀਤੀ ਔਰ ਨਵੇਂ ਟਰੈਕਟਰ ਵੇਚਣਾ ਬੰਦ ਕੀਤੇ, ਪੁਰਾਣਿਆਂ ਨੂੰ ਠੀਕ ਕੀਤਾ, ਉਸ ਤੋਂ ਬਾਅਦ ਫਿਰ ਦੁਬਾਰਾ ਇਹਨੂੰ ਸਟਾਰਟ ਕੀਤਾ। ਬਾਕੀ ਜਿਹੜਾ ਜੀ ਇਹਦੇ ਟੈਬਲਾਂ ਦਾ ਇਸ਼ੂ ਆਉਂਦਾ ਸੀ, ਬਾਕੀ ਟੈਬਲਾਂ ਦਾ ਇੱਕ ਦੋ ਇਸ਼ੂ ਆਏ ਨੇ ਟਰੈਕਟਰ ਨੂੰ, ਇਹਦਾ ਕੋਈ ਨਹੀਂ। ਟੈਬਲ ਫਿਟਿੰਗ 'ਚ ਮਸਲਾ ਥੋੜ੍ਹੀ ਬਹੁਤੀ ਤਿਆਰ ਕਰਵਾ ਲਿਆ, ਛੱਤ ਛੁੱਤ ਲੱਗ ਗਈ ਹੈ, ਇਹ ਕਿੰਨਾ ਖਰਚਾ ਹੋ ਗਿਆ ਟੋਟਲ? ਭਾਈ ਹਲੇ ਟੋਟਲ ਨੀ ਮਰਵਾਇਆ ਸੀ, ਨਾ ਭਾਈ ਹਜ਼ਾਰ ਮੂੰਹ ਤੇ ਖਲੋਤੇ ਆ, ਰਸ਼ੀਅਨ ਟੈਂਕਾਂ 265 ਹਾਂਜੀ, ਉਹਨੂੰ ਵੀ ਜਿਹੜੇ ਸਰਵਿਸ ਚੈਂਪੀਅਨ ਆ ਹਾਂਜੀ, ਇੱਕ ਗਾਜ਼ੀ ਆ ਉਹਨੂੰ ਪੈਂਥਰ ਦੇ ਆ 5 ਸਾਲ ਪਹਿਲਾਂ ਦੇ ਚੱਲੇ, ਤੇ ਜਿਹੜਾ ਸਰਵਿਸ ਤੇ ਚੈਂਪੀਅਨ ਉਹਨਾਂ ਦਾ ਕੀ ਫੀਡਬੈਕ ਹੈ? ਔਰ ਪੈਂਥਰ ਬਹੁਤ ਅੱਛੇ ਲੋਡ ਵਾਸਤੇ, ਰੋਡ ਵਾਸਤੇ ਟਾਇਰ ਜਿਹੜਾ ਨਾ ਜੀ ਹਾਂਜੀ, ਸੀਟ ਪਾਲੋ ਤੋਂ ਬਾਅਦ ਜਿਹੜਾ ਸਰਵਿਸ ਚੈਂਪੀਅਨ ਅੱਛਾ ਟਾਇਰ ਆ। ਤੇ ਕਸਾਈ ਕਿਵੇਂ? ਕਸਾਈ ਉਹਨਾਂ ਦੀ ਘੱਟ ਵਾ, ਬਹੁਤ ਅੱਛਾ ਚੱਲਣ ਡਿਆ ਵਾ, ਤਕਰੀਬਨ ਸਾਲ ਤੋਂ ਹੋਈ ਗਏ ਪਾਇਆ, ਬਾਕੀ ਗੁੱਡੀ ਵਗੈਰਾ ਤੇ ਨਹੀਂ ਹੋਇਆ? ਕੋਈ ਨਹੀਂ ਮਸਲਾ, ਗੁੱਡੀਆਂ ਸੁੱਡੀਆਂ ਨੂੰ ਕੋਈ ਵੀ ਮਸਲਾ, ਹਾਲਾਂਕਿ ਸਾਡੇ ਡਰਾਈਵਰ ਬੜੇ ਫੁਰਤੀਲੇ ਚਲਾਉਂਦੇ ਨੇ ਹਾਂਜੀ, ਜਦੋਂ ਤੁਸੀਂ ਵੀ ਸ਼ਾਹਪੁਰ ਤੋਂ ਸਾਡਾ ਲਾਹੌਰ ਦਾ ਸਫ਼ਰ 110-11 ਕਿਲੋਮੀਟਰ ਬਣਦਾ ਵਾ ਹਾਂਜੀ, ਤੇ ਬਿਲਾ ਨਾਗਾ ਹੀ ਟਰੱਕ ਦਾ ਫੇਰਾ ਲੈ ਕੇ ਆਉਂਦੇ ਇੱਥੇ ਲਾਹੌਰ, ਸਹੀ ਹੋ ਗਿਆ ਜੀ, ਲੱਗ ਕੇ ਠੀਕ ਹੈ ਜੀ, ਬਿਹਤਰੀਨ ਚੱਲਣ ਡਏ ਨੇ। ਤੇ ਕਣਕ ਦਾ ਰੇਟ ਵਧਿਆ ਕਿ ਨਹੀਂ? ਕਣਕ ਦਾ ਰੇਟ ਕੁਛ ਵਧਿਆ ਸੀਗਾ ਤੇ ਉਹਦੇ ਨਾਲ ਜਿਹੜਾ ਗਵਰਨਮੈਂਟ ਨੂੰ ਥੋੜ੍ਹਾ ਜਿਹਾ ਢਿੱਡ ਪੀੜ ਹੋਈ ਹਾਂਜੀ, ਉਹਨਾਂ ਕੁਛ ਪਾਬੰਦੀਆਂ ਲਾ ਦਿੱਤੀਆਂ ਨੇ, ਇੱਕ ਤੇ ਪੰਜਾਬ 'ਚੋਂ ਬਾਹਰ ਨਹੀਂ ਗੰਦਮ ਜਾਣ ਦੇਣ ਡੇ ਹਾਂਜੀ, ਉਹਦੇ ਨਾਲ ਕੁਛ ਇੱਕ ਦੋ ਹੋਰ ਪਾਬੰਦੀਆਂ ਲਾਈਆਂ, ਇੱਕ ਮਿੱਲਾਂ ਵਾਲੇ 'ਤੇ ਪਾਬੰਦੀ ਲਾਈ ਸ਼ਾਇਦ ਦੋਸਤਾਂ ਨੂੰ ਪਤਾ ਨਹੀਂ ਹਾਂਜੀ, ਮਿੱਲਾਂ ਨੂੰ ਬੰਦ ਕਰ ਦਿੱਤਾ, ਗੱਡੀ ਤੋਂ ਬਾਅਦ ਆਟਾ ਵੀ ਹਾਂਜੀ, ਅਗਰ ਜਿਹੜੇ ਬੰਦੇ ਨੇ ਵੇਚਿਆ ਉਹਨੂੰ ਭਾਰਾ ਜੁਰਮਾਨਾ ਕੀਤਾ ਜਾਏਗਾ, ਸਹੀ, ਜਿਹਦੀ ਵਜ੍ਹਾ ਨਾਲ ਗੰਦਮ ਦਾ ਰੇਟ ਅੱਲਾਹ ਖੈਰ ਕਰੇ ਜੀ। ਰੰਧਾਵਾ ਸਾਹਿਬ ਜੀ ਆੜਤ ਦਾ ਵੀ ਕੰਮ, ਮੰਡੀਆਂ ਦੇ ਰੇਟ ਵਗੈਰਾ ਜਾਣਦੇ ਆ, ਟਰੈਕਟਰਾਂ ਦਾ ਵੀ ਬਾਰੇ ਕਾਫੀ ਮਾਲੂਮਾਤ ਹੈ। ਬਾਕੀ ਭਾਈ ਰਿਆਜ਼ ਕੋਲ ਚੱਲਦੇ ਹਾਂ ਜੀ, ਅੰਦਰ ਸ਼ੋਰੂਮ ਦੇ ਵਿੱਚ ਕੀ ਹੈ ਇਹਨਾਂ ਦੇ ਕੋਲ ਮਿਲ ਜਾਂਦਾ, ਉਹ ਵੀ ਸਾਨੂੰ ਦੱਸ ਦੇਣਗੇ। ਅੱਜ ਪਾਗਲ ਵੇਖ ਲਈ ਹੈ, ਜੱਟ ਪੂਰਾ ਬਣ ਗਿਆ ਹਾਂਜੀ। ਚਲੋ ਜੀ ਅੰਦਰ, ਹੱਲਾਂ ਦਾ ਸੀਜ਼ਨ ਹੈ, ਲੋ ਜੀ ਚੈੱਕ ਕਰੋ, ਮਾਸ਼ਾਅੱਲਾ ਜੀ ਹੱਲ ਦੀ ਸਫਾਈ ਬਣਤਰ, ਔਰ ਜਿਸ ਤਰ੍ਹਾਂ ਭਾਈ ਰਿਆਜ਼ ਕਹਿੰਦਾ ਨਾ ਕੋੜ ਸੇਵੇ, ਅਤੇ ਵਾਕਿਆ ਜੀ
ਵਿਲਾਇਤੀ ਸਾਰੇ ਕਾਬਲੇ ਲੱਗੇ ਲਾਕ ਨਟ, ਹਾਂਜੀ ਵਿਲਾਇਤੀ ਪੈਪ ਲੱਗਾ 10 ਸਾਲ ਤੱਕ ਪੈਪ ਗਲ ਜਾਵੇ ਸਾਡਾ, ਸਹੀ ਹੋ ਗਿਆ। ਤੇ ਉਸ ਤੋਂ ਬਾਅਦ ਜਿਹੜੀ ਇਹ ਹੱਲ ਭਰ ਰਹੀ ਹੈ ਇਹ ਜਿਹੜੀ ਫਿਰਿਆ ਜੇ ਤਾਂ ਇਹਦਾ ਮਾਡਲ ਕਿਹੜਾ ਹੈ ਜੀ, ਕੀ ਇਹਨੂੰ ਕਹਿੰਦੇ ਆ, ਕਿਹੜਾ ਮਾਡਲ ਹੈ? ਕਲੰਪ ਵਾਲੀ ਹੱਲ ਦਾ ਫਰੇਮ ਹੈ ਸਾਡੇ, ਪੱਟੀ ਵਾਲੇ ਟੋਡ ਨੇ, ਸਹੀ ਹੋ ਗਿਆ। ਬੜੀ ਜ਼ਬਰਦਸਤ ਕਿਸਮ ਦੇ ਹੱਲ ਹੈ, ਬਾਕੀ ਆਹ ਸਾਡੇ ਨੰਬਰ ਲਿਖੇ ਨੇ ਸਾਰੇ। ਅੱਛਾ ਅੱਛਾ, ਜਿਹੜਾ ਜ਼ੈਡ ਫਰੇਮ ਉਹ ਵੀ ਬਣਾਉਂਦੇ ਹੋਏ ਤੇ ਪੈਪ ਵਾਲੀ? ਇਹ ਐਂਗਲ ਵਾਲਾ ਫਰੇਮ ਹੈ 13 ਲਈ, ਠੀਕ ਹੋ ਗਿਆ ਜੀ। ਜਿਹੜਾ ਜ਼ੈਡ ਫਰੇਮ ਉਹ ਵੀ ਬਣਾ ਦਿਓ ਜੀ, ਕੋਈ ਟੈਨਸ਼ਨ ਨਹੀਂ। ਠੀਕ ਹੋ ਗਿਆ ਜੀ, ਇਹ ਪੈਪ ਵਾਲੀ ਹੈ, ਦੂਸਰੀ ਬਣ ਜਾਂਦੀ ਹੈ। ਫਿਰ ਇਹ ਹੱਲਾਂ ਦਾ ਰੇਟ ਇੱਕ ਵਾਰੀ ਦੱਸਿਓ। ਇਹ ਹੱਲ ਹੈਗੀ 1,90,000। ਕਿੰਨੇ ਫਾਲੀ ਹੈ? 11 ਫਾਲੀ, 9 ਫੁੱਟ ਫਰੇਮ। ਸਹੀ, ਅਗਰ ਥੋੜ੍ਹੀ ਜਿਹੀ ਹਲਕੀ ਕਰ ਲਓ ਤਾਂ ਉਹਨਾਂ ਕੋਲ ਪੈਸੇ ਹਲਕੇ। ਬਾਕੀ ਇਹ ਜਿਹੜੀ ਹੱਲ ਹੈ ਇਹ 3 ਸਾਲ ਦਿਨ ਦੀ ਵਾਰੰਟੀ ਹੈ, ਕੋੜ ਦੀ ਸਪਰਿੰਗ ਦੀ ਕੋਈ ਵਾਧਾ ਘਾਟਾ ਹੋਵੇ। ਹਾਂਜੀ ਸਾਡੀ, ਠੀਕ ਹੋ ਗਿਆ ਜੀ। ਤੇ ਜਿਹੜੀ ਆਪਣਾ 13 ਫਾਲੀ ਕਿੰਨੇ ਦੀ? ਜਿਹੜੀ 13 ਫਾਲੀ ਉਹ 2,30,000 ਦੀ। 2,30,000 ਦੀ ਹੱਲ, ਹਾਂਜੀ। ਤੇ 9 ਫਾਲੀ? 9 ਫਾਲੀ 1,60,000 ਦੀ। ਸਹੀ ਹੋ ਗਿਆ, ਅਗਰ ਹਲਕੀ ਬਣਵਾਉਣੀ ਤਾਂ ਉਹ ਵੀ ਬਣ ਜਾਂਦੀ? ਉਹ ਵੀ ਬਣ ਜਾਂਦੀ। ਠੀਕ ਹੋ ਗਿਆ ਜੀ। ਬਾਕੀ ਜੀ ਆਪਣਾ ਹੱਲਾਂ ਤੁਹਾਡੇ ਸਾਹਮਣੇ ਪਈਆਂ ਨੇ, ਇਹ ਬਸ ਗੱਡੀ ਆਉਣ ਲੱਗੀ ਹੈ। ਹਾਂਜੀ, ਉਹਨਾਂ ਨੇ ਡਿਲੀਵਰ ਕਰਨ ਲੱਗੇ। ਤੇ ਪਈ ਰਿਹਾ ਤਾਂ ਆਪਣੇ ਨੰਬਰ ਜਿਹੜੇ ਆ ਉਹ ਇੱਕ ਵਾਰੀ ਦੱਸ ਦਿਓ ਜੀ ਫਿਰ। 0300 ਪੂਰਾ, ਹਾਂਜੀ, 786-2192, 0300-4545-4745-777 ਇਹੋ ਨੰਬਰ ਨੇ। ਲਓ ਜੀ, ਇਹ ਬਾਕੀ ਹੈ ਪਈ ਰਿਹਾ। ਅੱਜ ਕੱਲ੍ਹ ਤੁਸੀਂ ਟਰੈਕਟਰ, ਸਰਾਈ ਹਾਲਾਤ, ਹਰ ਚੀਜ਼ ਯਾਨੀ ਕਿ ਇਹਦੀ ਮਾਲੂਮਾਤ ਵੀ ਲੈ ਸਕਦੇ ਹੋ ਔਰ ਬੁੱਕ ਵੀ ਕਰਵਾ ਸਕਦੇ ਹੋ ਜੀ। ਲਓ ਜੀ ਦੋਸਤੋ, ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ। ਨਾਲ ਨਾਲ ਤੁਹਾਨੂੰ ਦਿਖਾਉਂਦੇ ਹਾਂ ਜੀ ਅੰਦਰ ATS ਡੀਲਰ। ਪਿਛਲੇ ਦਿਨਾਂ ਜੀ ਇੱਕ ਤਸਵੀਰ ਵੇਖੀ ਸੀ, ਡਿਲੈਕਸ ਟਰੈਕਟਰ ਤੋੜ ਕੇ ਇਹੋ ਜਿਹੀ ਹੱਲ ਸੀ, ਉਹ ਕੀ ਵਜ੍ਹਾ? ਟਰੈਕਟਰ ਤਗੜਾ ਜਾਂ ਹੱਲ ਮਾੜੀ ਬਣੀ? ਹੱਲ ਕਿਸੇ ਨੇ ਵੈਲਡਿੰਗ ਇਹਨੂੰ ਤੋੜ ਕੇ ਘੁਮਾਵੇ ਤੇ ਜਿੱਦੀ ਇਹ ਭਾਰੀ ਬਣਾਈ, ਵੈਲਡਿੰਗ ਨਹੀਂ ਚੰਗਾ ਬੰਦੇ ਕਰਦੇ, ਵੈਲਡਿੰਗ ਗਲ ਕੇ ਹੋਇਆ ਕਦੀ ਟੁੱਟਦੀ ਨਹੀਂ, ਜਿੱਦੀ ਮਰਜ਼ੀ ਵੱਟ ਪਾਓ। ਮੈਂ ਆਪ ਹੈਰਾਨ ਹਾਂ ਵੀ ਡਿਲੈਕਸ ਦੇ ਵਿੱਚ ਇੰਜਣ ਤਾਂ ਉਹੀ ਆ ਨਾ, ਤੋੜ ਕੇ ਮੈਂ ਦਿੱਤੀ ਹੈ, ਉਹ ਵੈਲਡਿੰਗ ਦੇ ਵਿੱਚ ਹੋ ਸਕਦਾ ਜੀ। ਬਾਕੀ ਆ ਯੂ ਕੋਰਾ ਪਿਆ ਹੈ, ਹਾਂਜੀ, ਨਾਰੰਗ ਜਾਣੀ ਹੈ, ਮੇਰੇ ਹਿਸਾਬ ਨਾਲ ਕੋਈ 10 ਸਾਲਾਂ ਹਾਰੀਆਂ ਨਾਲ ਪਿੰਡ ਚਲ ਜਾਣਗੀਆਂ। ਠੀਕ ਹੋ ਗਿਆ ਜੀ। ਉਸ ਤੋਂ ਬਾਅਦ ਜਨਾਬ ਇਹ ਦੇਖੋ ਨਾ, ਕੋਡ ਬਣੇ ਪਏ ਨੇ, ਲੋ ਜੀ ਦੇਖੋ, ਹਾਲ ਜਿਹੜੀ ਪੈ ਰਿਹਾ ਕੋਈ ਆਰਡਰ ਕਰਦਾ ਕਿੰਨੀ ਦੇਰ 'ਚ ਦੇ ਦਿੰਦੇ ਹੋ? 2-3 ਦਿਨ 'ਚ। ਠੀਕ ਹੋ ਗਿਆ ਜੀ। ਤੇ ਛੱਤ ਜਿਹੜੀ ਉਹ ਦਸਤੀ ਮਿਲ ਜਾਂਦੀ? ਦੇਖੋ ਨਾ, ਸਾਡੀਆਂ ਆਪਣੀਆਂ ਛੱਤਾਂ ਬਣੀਆਂ ਪਈਆਂ ਨੇ, ਕੋਈ ਜੋੜ ਨਹੀਂ, ਸਹੀ, ਕੋਈ ਬਜ਼ਾਰੀ ਸਿਸਟਮ ਨਹੀਂ, ਜ਼ਬਰਦਸਤ ਕਿਸਮ ਛੱਤਾਂ ਬਣੀਆਂ ਪਈਆਂ। ਠੀਕ ਹੋ ਗਿਆ ਜੀ। ਅੱਛਾ, ਅਗਰ ਇਸ ਤੋਂ ਇਲਾਵਾ ਕਿਸੇ ਨੇ ਸਪੈਸ਼ਲ ਯੂ ਬਣਵਾਉਣਾ ਹੋਵੇ ਭਾਰਾ, ਉਹ ਵੀ ਬਣਾ ਦਿੰਦੇ, ਕੁਆਟਰ ਆਨੂੰ ਬਣਾ ਕੇ ਦਿੱਤੀ ਗਈ ਦਈ ਜਾਂਦੇ ਜੀ। ਸੀਜ਼ਨ ਹੱਲ ਦਾ, ਬਾਕੀ ਆ ਜੀ, ਬਾਕੀ ਹੱਲਾਂ ਸਾਡੀਆਂ ਨਾਲ ਤਿਆਰ ਪਈਆਂ ਤੇ ਜਗ੍ਹਾ ਥੋੜੀ ਰੰਗਤ ਹੋਈ ਗਈ, ਉਹ ਚੱਲੋ ਹਾਂ। ਪਰ ਇਹ ਜੇ ਤਵੇ ਵਾਲੀ ਹੱਲ ਵੀ ਹੈ, ਇਹ ਤਵੇ ਵਾਲੀ ਉਹ ਜਿਹੜਾ ਮਹਿੰਗੀ ਹੈ। ਅੱਛਾ ਜੀ, ਉਹ ਡਬਲ ਰੇਟ ਤੇ 1,20,000 ਉਧਾਰ ਦੀ ਹੈ। ਠੀਕ ਹੋ ਗਿਆ ਜੀ, 1,70,000 ਦੀ ਹੈ। ਆ ਜੀ, ਬਾਕੀ ਇਧਰ ਸਾਊਂਡ ਸਿਸਟਮ ਤੇ ਬੂਫਰ ਸ਼ੂਫਰ ਤੇ ਬਾਕੀ ਟਾਪੇ, ਬਾਕੀ ਇਹ ਜਿਹੜੇ ਯੂ ਨੇ ਨਾ, ਦੇਖੋ ਬਣੇ ਪਏ ਨੇ ਨਾ, ਹਾਂਜੀ, ਇਹ ਜਿਹੜੇ ਤੁਸੀਂ ਪੇਂਟ ਦੇ ਜਿਵੇਂ ਡਾਇਮੰਡ ਕੰਪਨੀ ਨੇ ਕੀਤਾ ਹੁੰਦਾ। ਠੀਕ ਹੋ ਗਿਆ ਜੀ, ਗੰਦਾ ਕੰਮ ਮਤਲਬ ਮਿਹਰਬਾਨੀ ਨਾਲ ਕੀਤਾ ਹੀ ਨਹੀਂ, ਤੁਹਾਨੂੰ ਸਾਫ ਸੁਥਰਾ ਕਰ ਦਿਓ ਜੀ। ਸਾਊਂਡ ਸਿਸਟਮ ਪਿਆ ਜੀ, ਟਾਪੇ ਪਏ ਨੇ, ਮਾਸ਼ਾਅੱਲਾ ਜੀ, ਭਾਈ ਰਿਆਜ਼ ਕੰਮ ਚੰਗਾ ਕਰਦੇ ਆ ਔਰ ਬੰਦਾ ਇੱਥੇ ਆਣ ਕੇ ਹੀ ਗੱਲ ਕਹਿੰਦਾ ਕਿ ਬੰਦਾ ਚੰਗਾ ਹੈ ਜੀ। ਬ੍ਰਾਂਡ ਲੋਹੇ ਦਾ, ਲੋਹਾ ਪਿਆ ਲੰਥਾ, ਹਾਂਜੀ, ਕੱਟ ਕੇ ਇਹਨਾਂ ਨੇ ਬਣਾਉਣਾ ਹੈ। ਭਾਈ ਰਿਆਜ਼ ਨੇ ਇੱਥੇ ਪੂਰੀ ਮਾਰਕੀਟ ਦੇ ਵਿੱਚ ਨਾ ਇੱਕ ਆਪਣਾ ਨਾਮ ਬਣਾਇਆ ਹੈ, ਮਾਸ਼ਾਅੱਲਾ,
ਔਰ ਇਹ ਬੜੀ ਗੱਲ ਹੈ, ਮਿਹਨਤ ਨਾ ਬਣਦਾ ਔਰ ਮਿਹਨਤ ਨੂੰ ਹੀ ਰੰਗ ਲੱਗਦੇ ਆ ਜੀ। ਇਹ ਜਾ ਕਰੋ ਜੀ।